ਫਾਜ਼ਿਲਕਾ ਦੇ ਵਿੱਚ ਮਨਰੇਗਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰ ਰਹੇ ਹਨ। ਅੱਜ ਮਨਰੇਗਾ ਮੁਲਾਜ਼ਮਾਂ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਨਾਲ ਇੱਕ ਮੀਟਿੰਗ ਕੀਤੀ ਜੋ ਕਿ ਬੇਸਿੱਟਾ ਰਹੀ। ਮਨਰੇਗਾ ਮੁਲਾਜ਼ਮਾਂ ਨੇ ਕਲਮ ਛੋੜ ਹੜਤਾਲ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ ਅਤੇ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕੀਤਾ। ਅੱਜ ਸਮੂਹ ਮਨਰੇਗਾ ਮੁਲਾਜ਼ਮਾਂ ਅਤੇ ਮਨਰੇਗਾ ਕਰਮਚਾਰੀ ਯੂਨੀਅਨ ਦੀ ਚੱਲ ਰਹੀ ਕਲਮ ਛੋੜ ਹੜਤਾਲ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੂਬਾ ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸਨੀ ਕੁਮਾਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਸਰਕਾਰੀ ਪੱਤਰ ਜਾਰੀ ਕਰਕੇ ਆਪਣੇ ਕੈਂਪਸ ਆਫਿਸ ਵਿੱਚ ਮੀਟਿੰਗ ਬੁਲਾਈ ਗਈ ਸੀ ਜੋ ਕਿ ਬੇਸਿੱਟਾ ਰਹੀ। ਜ਼ਿਕਰਯੋਗ ਹੈ ਕਿ ਪਿਛਲੇ 8 ਦਿਨਾਂ ਤੋਂ ਹੜਤਾਲ 'ਤੇ ਬੈਠੇ ਨਰੇਗਾ ਮੁਲਾਜ਼ਮ ਮੰਗ ਕਰ ਰਹੇ ਹਨ ਕਿ ਉਹਨਾਂ ਦੇ 2 ਸਾਲਾਂ ਦੇ ਸਾਲਾਨਾ ਇੰਕਰੀਮੈਂਟ ਲਾਏ ਜਾਣ ਅਤੇ ਬਿਨਾਂ ਕਸੂਰ ਤੋਂ ਨੌਕਰੀ ਤੋਂ ਕੱਢੇ ਗਏ ਸਾਥੀ ਬਿਨਾਂ ਸ਼ਰਤ ਤੋਂ ਬਹਾਲ ਕੀਤੇ ਜਾਣ ਅਤੇ ਮ੍ਰਿਤਕ ਮੁਲਾਜ਼ਮ ਸ਼ਿੰਦਰਪਾਲ ਸਿੰਘ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇ। ਇਸ 'ਤੇ ਯੂਨੀਅਨ ਆਗੂਆਂ ਨੇ ਨੋਟੀਫਿਕੇਸ਼ਨ ਵਿਖਾਉਂਦੇ ਹੋਏ ਦੱਸਿਆ ਕਿ ਸਾਡੀ ਮੰਗ ਜਾਇਜ਼ ਹਨ। ਸਰਕਾਰ ਵੱਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਟਿੱਚ ਸਮਝ ਰਿਹਾ ਹੈ। ਯੂਨੀਅਨ ਵੱਲੋਂ ਜੋ ਮੰਗਾਂ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਰੱਖੀਆਂ ਗਈਆਂ ਉਹ ਸਰਕਾਰ ਦੇ ਨਿਯਮਾਂ ਅਨੁਸਾਰ ਹਨ। ਆਗੂਆਂ ਨੇ ਦੱਸਿਆ ਕਿ ਅੱਜ ਦੋਨਾਂ ਧਿਰਾਂ ਦੇ ਵਿਚਕਾਰ ਕੋਈ ਸਹਿਮਤੀ ਨਹੀਂ ਹੋ ਸਕੀ। ਇਸ ਮੀਟਿੰਗ ਦੇ ਬੇਸਿੱਟਾ ਰਹਿਣ ਤੋਂ ਬਾਅਦ ਨਿਰਾਸ਼ ਹੋਏ ਮਨਰੇਗਾ ਮੁਲਾਜ਼ਮਾਂ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ ਵੀ ਕੀਤਾ ਗਿਆ। ਆਗੂਆਂ ਨੇ ਇਹ ਵੀ ਦੱਸਿਆ ਕਿ ਇਸ ਸੰਦਰਭ ਵਿੱਚ ਲਗਾਤਾਰ 1 ਹਫ਼ਤਾ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਮਨਰੇਗਾ ਮੁਲਾਜ਼ਮਾਂ ਵੱਲੋਂ ਅਤੇ ਮਨਰੇਗਾ ਮਜ਼ਦੂਰਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬਲਾਕ ਪੱਧਰ ਤੇ ਰੋਸ ਮਾਰਚ ਵੀ ਕੀਤੇ ਜਾਣਗੇ। ਉਹਨਾਂ ਕਿਹਾ ਕਿ ਮੁਲਾਜ਼ਮਾਂ ਨੂੰ ਤੇ ਮਨਰੇਗਾ ਮਜ਼ਦੂਰਾਂ ਨੂੰ ਸੜਕਾਂ ਉੱਤੇ ਆਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਫਿਰ ਵੀ ਮਸਲਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਆਗੂਆਂ ਦੇ ਘਰਾਂ ਦੇ ਘਰਾਵ ਵੀ ਕੀਤੇ ਜਾਣਗੇ। ਮਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਦੀ ਜਿਹੜੀ ਹੈ ਮਾਨਯੋਗ ਸਾਡੇ ਡਿਪਟੀ ਕਮਿਸ਼ਨਰ ਜੀ ਨੇ ਸਰਕਾਰੀ ਪੱਤਰ ਜਾਰੀ ਕਰਕੇ ਜਿਹੜੀ ਹੈ ਮੀਟਿੰਗ ਬੁਲਾਈ ਸੀ, ਪਰ ਉਹ ਅੱਜ ਮੀਟਿੰਗ ਜਿਹੜੀ ਹੈ ਬਿਲਕੁਲ ਬੇਸਿੱਟਾ ਰਹੀ ਹੈ। ਸਾਡੀ ਜਿਹੜੀ ਹੈ ਆਪਣੀਆਂ ਮੰਗਾਂ ਸੰਬੰਧੀ ਪਿਛਲੇ ਲੰਮੇ ਸਮੇਂ ਤੋਂ ਜਿਹੜੇ 8 ਦਿਨ ਹੋ ਗਏ ਸਾਨੂੰ ਬਲਾਕ ਲੈਵਲ ਤੇ ਹੜਤਾਲ ਕੀਤੀ, ਕਲਮ ਛੋੜ ਹੜਤਾਲ ਤੇ ਅਸੀਂ ਬੈਠੇ ਹਾਂ ਤੇ ਸਾਡੀਆਂ ਜਾਇਜ਼ ਤੇ ਹੱਕੀ ਮੰਗਾਂ ਨੇ ਤੇ ਅੱਜ ਸਾਨੂੰ ਇੱਕ ਸਰਕਾਰੀ ਲੈਟਰ ਇਹਨਾਂ ਨੇ ਕੱਲ੍ਹ ਜਾਰੀ ਕੀਤਾ ਮੀਟਿੰਗ ਦੇ ਲਈ ਵੀ ਆ ਕੇ ਜਿਹੜਾ ਇਹਦਾ ਨਿਬੇੜਾ ਕੀਤਾ ਜਾਵੇ। ਪਰ ਦੂਜੇ ਪਾਸੇ ਸਰਕਾਰੀ ਨੋਟੀਫਿਕੇਸ਼ਨ ਜਿਹੜੇ ਸਰਕਾਰ ਦੇ ਕੀਤੇ ਹੋਏ ਆ ਉਹਨੂੰ ਜਿਹੜਾ ਸਾਡੇ ਮਾਨਯੋਗ ਡੀਸੀ ਕਿੱਚ ਸਮਝ ਰਹੇ ਆ ਤੇ ਦੂਜੇ ਪਾਸੇ ਜਿਹੜਾ ਮਨਰੇਗਾ ਤਹਿਤ ਕਰੋੜਾਂ ਦੇ ਕੰਮ ਜਿਹੜੇ ਆ ਪੂਰੇ ਫਾਜ਼ਿਲਕਾ ਜ਼ਿਲ੍ਹੇ 'ਚ ਕਰਾਏ ਜਾ ਰਹੇ ਨੇ ਉਹ ਪੂਰੀ ਤਰ੍ਹਾਂ ਠੱਪ ਪਏ ਨੇ। ਪ੍ਰਸ਼ਾਸਨ ਆਪਦੀ ਅੜੀ ਤੇ ਅੜਿਆ ਹੋਇਆ ਹੈ। ਦੂਜੇ ਪਾਸੇ 50 ਬਲਾਕਾਂ ਦੇ ਕੰਮ ਠੱਪ ਪਏ ਆ। ਮਨਰੇਗਾ ਤਹਿਤ ਜਿਹੜਾ ਸਰਕਾਰ ਕੋਲ ਕੋਈ ਹੋਰ ਟੀਚਾ ਨਹੀਂ ਹੈ, ਕੋਈ ਰਾਹ ਨਹੀਂ ਹੈ ਮਨਰੇਗਾ ਤੋਂ ਬਿਨਾਂ। ਜਿੰਨੇ ਵੀ ਪੰਜਾਬ ਵਿੱਚ ਪਾਰਕ, ਸਟੇਡੀਅਮ, ਲੋਕ ਟਾਇਲ, ਇੰਟਰਲੋਕ ਟਾਇਲ ਜਾਂ ਹੋਰ ਜਿੰਨੇ ਕੰਮ ਮਨਰੇਗਾ ਤਹਿਤ ਚੱਲ ਰਹੇ ਨੇ ਅੱਜ ਪੂਰੀ ਤਰ੍ਹਾਂ ਠੱਪ ਪਏ ਨੇ। ਇਹ ਮੁਲਾਜ਼ਮਾਂ ਦੇ ਮਸਲੇ ਨੂੰ ਜਿਹੜਾ ਹੈਗਾ ਹੱਲ ਕਰਨ ਦੀ ਬਜਾਏ ਮੁਲਾਜ਼ਮਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਅੱਜ ਮੀਟਿੰਗ ਦੇ ਵਿੱਚ ਜਿਹੜਾ ਤਾੜਨਾ ਪੱਤਰ ਜਾਰੀ ਕਰਨ ਦੇ ਜਿਹੜੇ ਗੱਲਾਂ ਕੀਤੀਆਂ ਗਈਆਂ, ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਆ ਕਿ ਜਦੋਂ ਸਰਕਾਰ ਨੇ ਨੋਟੀਫਿਕੇਸ਼ਨ ਹੀ ਜਾਰੀ ਕਰ ਦਿੱਤਾ ਗਿਆ ਤੇ ਤੁਸੀਂ ਉਸ ਨੋਟੀਫਿਕੇਸ਼ਨ ਨੂੰ ਕਿਉਂ ਨਹੀਂ ਮੰਨ ਰਹੇ ਗੇ? ਜਾਂ ਤਾਂ ਤੁਸੀਂ ਵਿਕਾਸ ਦੇ ਕੰਮ ਨੂੰ ਅੱਗੇ ਲੀਹ ਨੂੰ ਤੋਰਨਾ ਨਹੀਂ ਚਾਹੁੰਦੇ, ਦੂਜੇ ਪਾਸੇ ਮਨਰੇਗਾ ਤਹਿਤ ਲੱਖਾਂ ਮਜ਼ਦੂਰ ਜਿਹੜੇ ਕਾਮੇ ਆ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਕੰਮ ਕਰਦੇ ਆ। ਅੱਜ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਜਿਹੜੇ ਉਹ ਬੰਦ ਪਏ ਗਏ ਆ, ਪਰ ਇੱਕ ਸਰਕਾਰੀ ਅਖਬਾਰ ਦੇ ਰਾਹੀਂ ਜਿਹੜਾ ਇਹ ਪ੍ਰੈਸ ਨੋਟ ਜਾਰੀ ਕੀਤਾ ਡੀਸੀ ਸਾਹਿਬ ਨੇ ਕਿ ਸਾਡੀ ਇਹਨਾਂ ਨਾਲ ਸਹਿਮਤੀ ਹੋ ਚੁੱਕੀ ਹੈ ਵੀ ਇਹਨਾਂ ਨੇ ਹੜਤਾਲ ਖਤਮ ਕਰਤੀ, ਕੰਮ ਸ਼ੁਰੂ ਹੋਏ, ਬਿਲਕੁਲ ਝੂਠ ਹੈ। ਮਨਰੇਗਾ ਕਰਮਚਾਰੀ ਨਾਲ, ਯੂਨੀਅਨ ਨਾਲ, ਫਾਜ਼ਿਲਕਾ ਨਾਲ ਇਹਨਾਂ ਦਾ ਕੋਈ ਵੀ ਸਹਿਮਤੀ ਨਹੀਂ ਹੋਏਗੀ। ਸਾਡੀਆਂ ਮੰਗਾਂ ਤਿਉਂ ਤੇ ਤਿਉਂ ਹੀ ਖੜੀਆਂ, ਇੱਕ ਵੀ ਮੰਗ ਦਾ ਜਿਹੜਾ ਹੱਲ ਨਹੀਂ ਕੀਤਾ ਗਿਆ। ਗੋਗਲੋਂ ਦੇ ਮਿੱਟੀ ਦੀ ਲਾਹਣ ਦੀ ਗੱਲ ਕੀਤੀ ਗਈ ਹੈ। ਸਾਡੀ ਹੜਤਾਲ, ਕਲਮ ਛੋੜ ਹੜਤਾਲ ਬਲਾਕ ਪੱਧਰ 'ਤੇ ਇੱਦਾਂ ਹੀ ਚੱਲਦੀ ਰਹੇਗੀ। ਇਹ ਆਉਣ ਵਾਲੇ ਦਿਨੇ ਸਾਡੀਆਂ ਮਸਲੇ ਦਾ ਹੱਲ ਨਾ ਕੀਤਾ ਹੈ, ਆਉਣ ਵਾਲੇ ਸਾਡੇ ਨਾਲ ਸਾਡੀ ਹਮਦਾਇਤੀ ਮਨਰੇਗਾ ਲਾਭਪਾਤਰੀ ਸੜਕਾਂ 'ਤੇ ਉਤਰਨਗੇ। ਜੇ ਸਾਨੂੰ ਲੋੜ ਪਈ ਤਾਂ ਅਸੀਂ ਪਿੰਡ ਪਿੰਡ ਜਾ ਕੇ ਅਸੀਂ ਜਿਹੜਾ ਆਪਦੀ ਆਵਾਜ਼ ਬੁਲੰਦ ਕਰਾਂਗੇ ਅਤੇ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਵਿਧਾਇਕਾਂ ਦੇ ਘਰਾਂ ਨੂੰ